ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ 2 ਲੱਖ ਦੀ ਲਾਗਤ ਨਾਲ ਸੀਚੇਵਾਲ ਦੀਆਂ ਰੂੜੀਆਂ ਸਾਫ਼ ਹੋ ਸਕਦੀਆਂ ਹਨ ਤਾਂ ਦੂਸਰੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਸਫਾਈ ਕਿਉਂ ਨਹੀਂ ਹੋ ਸਕਦੀ? ਇੱਕ ਛੋਟਾ ਜਿਹਾ ਛਾਣਨਾ ਜੋ ਪਿੰਡਾਂ ਦੀਆਂ ਰੂੜੀਆਂ ਵਿੱਚੋਂ, ਆ ਦੇਖੋ ਕਿੰਨੀ ਵਧੀਆ ਖਾਦ ਤਿਆਰ ਹੋ ਰਹੀ ਹੈ ਜੀ। ਦੇਖੋ ਇਸ ਖਾਦ ਨੂੰ ਆਪਣੇ ਖੱਤਾਂ ਵਿੱਚ ਪਾ ਸਕਦੇ ਹਾਂ, ਬੂਟਿਆਂ ਨੂੰ ਪਾ ਸਕਦੇ ਹਾਂ। ਇਹ ਜਿਹੜੀ ਪਲਾਸਟਿਕ ਬਚ ਗਈ ਆ, ਇਹਨਾਂ ਨੂੰ ਜਿੱਥੇ ਭਰਲ ਪੈ ਗਿਆ, ਟੋਏ ਪੈ ਗਿਆ, ਮੀਂਹ ਨਾਲ ਖਾਰਾ ਪੈ ਗਿਆ ਵਾ, ਉੱਥੇ ਅਸੀਂ ਵਰਤ ਸਕਦੇ ਹਾਂ। ਜੇ ਇੱਕ 2-2.5 ਲੱਖ ਦੀ ਮਸ਼ੀਨ ਨਾਲ ਪਿੰਡ ਸੀਚੇਵਾਲ ਦੀਆਂ ਰੂੜੀਆਂ ਸਾਫ਼ ਹੋ ਸਕਦੀਆਂ ਤਾਂ ਪੰਜਾਬ ਦੇ ਦੂਸਰੇ ਪਿੰਡਾਂ ਸ਼ਹਿਰਾਂ ਦੀਆਂ ਕਿਉਂ ਨਹੀਂ? ਇਹ ਸੋਚਣ ਅਤੇ ਵਿਚਾਰਨ ਵਾਲੀ ਗੱਲ ਆ। ਜੋ ਸਾਡੇ ਸਿਸਟਮ ਲਈ ਬਹੁਤ ਵੱਡੀ ਸਮੱਸਿਆ ਬਣੀ ਆ ਪਲਾਸਟਿਕ ਦੇ ਲਿਫਾਫੇ, ਉਸ ਦੇ ਹੱਲ ਵਾਸਤੇ ਸੰਤ ਸੀਚੇਵਾਲ ਵੱਲੋਂ ਇੱਕ ਦੇਸੀ ਜਗਾੜ ਤਿਆਰ ਕੀਤਾ ਗਿਆ। ਆ ਦੇਖੋ ਕਿੰਨੀ ਵਧੀਆ ਖਾਦ ਆ ਜੀ। ਦੇਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ 2 ਲੱਖ ਦੀ ਲਾਗਤ ਨਾਲ ਸੀਚੇਵਾਲ ਦੀਆਂ ਰੂੜੀਆਂ ਸਾਫ਼ ਹੋ ਸਕਦੀਆਂ ਹਨ ਤਾਂ ਦੂਸਰੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਸਫਾਈ ਕਿਉਂ ਨਹੀਂ ਹੋ ਸਕਦੀ? ਇੱਕ ਛੋਟਾ ਜਿਹਾ ਛਾਣਨਾ ਜੋ ਪਿੰਡਾਂ ਦੀਆਂ ਰੂੜੀਆਂ ਵਿੱਚੋਂ, ਆ ਦੇਖੋ ਕਿੰਨੀ ਵਧੀਆ ਖਾਦ ਤਿਆਰ ਹੋ ਰਹੀ ਹੈ ਜੀ। ਦੇਖੋ ਇਸ ਖਾਦ ਨੂੰ ਆਪਣੇ ਖੱਤਾਂ ਵਿੱਚ ਪਾ ਸਕਦੇ ਹਾਂ, ਬੂਟਿਆਂ ਨੂੰ ਪਾ ਸਕਦੇ ਹਾਂ। ਇਹ ਜਿਹੜੀ ਪਲਾਸਟਿਕ ਬਚ ਗਈ ਆ, ਇਹਨਾਂ ਨੂੰ ਜਿੱਥੇ ਭਰਲ ਪੈ ਗਿਆ, ਟੋਏ ਪੈ ਗਿਆ, ਮੀਂਹ ਨਾਲ ਖਾਰਾ ਪੈ ਗਿਆ ਵਾ, ਉੱਥੇ ਅਸੀਂ ਵਰਤ ਸਕਦੇ ਹਾਂ। ਜੇ ਇੱਕ 2-2.5 ਲੱਖ ਦੀ ਮਸ਼ੀਨ ਨਾਲ ਪਿੰਡ ਸੀਚੇਵਾਲ ਦੀਆਂ ਰੂੜੀਆਂ ਸਾਫ਼ ਹੋ ਸਕਦੀਆਂ ਤਾਂ ਪੰਜਾਬ ਦੇ ਦੂਸਰੇ ਪਿੰਡਾਂ ਸ਼ਹਿਰਾਂ ਦੀਆਂ ਕਿਉਂ ਨਹੀਂ? ਇਹ ਸੋਚਣ ਅਤੇ ਵਿਚਾਰਨ ਵਾਲੀ ਗੱਲ ਆ। ਜੋ ਸਾਡੇ ਸਿਸਟਮ ਲਈ ਬਹੁਤ ਵੱਡੀ ਸਮੱਸਿਆ ਬਣੀ ਆ ਪਲਾਸਟਿਕ ਦੇ ਲਿਫਾਫੇ, ਉਸ ਦੇ ਹੱਲ ਵਾਸਤੇ ਸੰਤ ਸੀਚੇਵਾਲ ਵੱਲੋਂ ਇੱਕ ਦੇਸੀ ਜਗਾੜ ਤਿਆਰ ਕੀਤਾ ਗਿਆ। ਆ ਦੇਖੋ ਕਿੰਨੀ ਵਧੀਆ ਖਾਦ ਆ ਜੀ। ਦੇਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ 2 ਲੱਖ ਦੀ ਲਾਗਤ ਨਾਲ ਸੀਚੇਵਾਲ ਦੀਆਂ ਰੂੜੀਆਂ ਸਾਫ਼ ਹੋ ਸਕਦੀਆਂ ਹਨ ਤਾਂ ਦੂਸਰੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਸਫਾਈ ਕਿਉਂ ਨਹੀਂ ਹੋ ਸਕਦੀ? ਇੱਕ ਛੋਟਾ ਜਿਹਾ ਛਾਣਨਾ ਜੋ ਪਿੰਡਾਂ ਦੀਆਂ ਰੂੜੀਆਂ ਵਿੱਚੋਂ, ਆ ਦੇਖੋ ਕਿੰਨੀ ਵਧੀਆ ਖਾਦ ਤਿਆਰ ਹੋ ਰਹੀ ਹੈ ਜੀ। ਦੇਖੋ ਇਸ ਖਾਦ ਨੂੰ ਆਪਣੇ ਖੱਤਾਂ ਵਿੱਚ ਪਾ ਸਕਦੇ ਹਾਂ, ਬੂਟਿਆਂ ਨੂੰ ਪਾ ਸਕਦੇ ਹਾਂ। ਇਹ ਜਿਹੜੀ ਪਲਾਸਟਿਕ ਬਚ ਗਈ ਆ, ਇਹਨਾਂ ਨੂੰ ਜਿੱਥੇ ਭਰਲ ਪੈ ਗਿਆ, ਟੋਏ ਪੈ ਗਿਆ, ਮੀਂਹ ਨਾਲ ਖਾਰਾ ਪੈ ਗਿਆ ਵਾ, ਉੱਥੇ ਅਸੀਂ ਵਰਤ ਸਕਦੇ ਹਾਂ। ਜੇ ਇੱਕ 2-2.5 ਲੱਖ ਦੀ ਮਸ਼ੀਨ ਨਾਲ ਪਿੰਡ ਸੀਚੇਵਾਲ ਦੀਆਂ ਰੂੜੀਆਂ ਸਾਫ਼ ਹੋ ਸਕਦੀਆਂ ਤਾਂ ਪੰਜਾਬ ਦੇ ਦੂਸਰੇ ਪਿੰਡਾਂ ਸ਼ਹਿਰਾਂ ਦੀਆਂ ਕਿਉਂ ਨਹੀਂ? ਇਹ ਸੋਚਣ ਅਤੇ ਵਿਚਾਰਨ ਵਾਲੀ ਗੱਲ ਆ। ਜੋ ਸਾਡੇ ਸਿਸਟਮ ਲਈ ਬਹੁਤ ਵੱਡੀ ਸਮੱਸਿਆ ਬਣੀ ਆ ਪਲਾਸਟਿਕ ਦੇ ਲਿਫਾਫੇ, ਉਸ ਦੇ ਹੱਲ ਵਾਸਤੇ ਸੰਤ ਸੀਚੇਵਾਲ ਵੱਲੋਂ ਇੱਕ ਦੇਸੀ ਜਗਾੜ ਤਿਆਰ ਕੀਤਾ ਗਿਆ। ਆ ਦੇਖੋ ਕਿੰਨੀ ਵਧੀਆ ਖਾਦ ਆ ਜੀ। ਦੇਖੋ